ਹੋਰ ਭਰਾਵੋ ਸਭ ਠੀਕ ਠਾਕ ਹੋ ਆਪਣੀ ਜਿਹੜੀ ਆਈ ਦੀ ਜਿਹੜੀ ਹੈਗੀ ਆ ਆਪਣੀ ਮੇਨ ਕਬੂਤਰੀ ਜਿਹੜੀ ਬਿਮਾਰ ਹੋ ਗਈ ਆਪਣੇ ਚੈਨਲ 'ਤੇ ਜਿਹੜੀ ਫੋਟੋ ਲੱਗੀ ਨਾ ਪ੍ਰੋਫਾਈਲ 'ਚ ਇਸ ਕਬੂਤਰੀ ਦੀ ਲੱਗੀ ਹੈ ਆਂਡੇ ਦਿੱਤੇ ਆਂਡੇ ਤਾਂ ਬਸ ਢਿੱਲੀ ਪੈ ਗਈ ਕਬੂਤਰੀ ਅਤੇ ਇਹਦਾ ਹੁਣ ਆਪਾਂ ਇੱਕ ਇਲਾਜ ਸ਼ੁਰੂ ਕਰ ਲੈਂਗੇ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਅੱਜ ਟੈਬਲੇਟ ਜੀਪੀ 100 mg ਫੇਰ ਦਿਨ ਅੱਧੀ ਗੋਲੀ ਬੀਕਾ ਸੋਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬੀਕਾ ਸੋਲ ਜੈੱਡ ਲਿਆ ਕਰੋ ਉਹਦਾ ਰਿਜ਼ਲਟ ਜ਼ਿਆਦਾ ਇਹ ਅੱਧਾ ਕੈਪਸੂਲ ਲੈਣਾ ਇਹ ਆਪਾਂ ਕੈਲਸ਼ੀਅਮ ਸ਼ੁਰੂ ਕੀਤਾ ਕਿਉਂਕਿ ਅੱਜ ਕੱਲ੍ਹ ਕਬੂਤਰੀਆਂ ਬਹੁਤ ਢਿੱਲੀਆਂ ਪੈ ਰਹੀਆਂ ਜਿੰਨੇ ਉਹ ਆਂਡੇ ਦਿੰਦੀਆਂ ਉਹ ਤੋਂ ਬਾਅਦ ਢਿੱਲੀਆਂ ਪੈ ਜਾਂਦੀਆਂ ਆ ਇਹਦੀ ਕੰਪੋਜੀਸ਼ਨ ਬੀ ਵਿਟਾਮਿਨ ਬੀ ਆ ਅਮੀਨੋ ਐਸਿਡ ਆ ਹੋਰ ਵੀ ਕਾਫੀ ਚੀਜ਼ਾਂ ਇਹਦੇ ਵਿੱਚ ਇੱਕ ਲੀਟਰ ਦੇ ਵਿੱਚ 10 ml ਬਹੁਤ ਆ ਬਾਕੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਫੈਕਸ਼ਨ ਇੱਥੇ ਹੋ ਗਈ ਸੀ ਕਾਫੀ ਕਬੂਤਰੀਆਂ ਮਿੱਠਾ ਬਹੁਤ ਕਲੀਨ ਕਰ ਦਿੱਤੀ ਹੈ ਬਾਕੀ ਦਾਣੇ ਤੋਂ ਜਿੰਨਾ ਹੋ ਸਕੇ ਬਚਾ ਕਰੋ ਮੋਟਾ ਦਾਣਾ ਪਾਓ ਘੱਟ ਪੂਰੇ ਪੂਰੇ ਪਾਓ ਰੋਟੀ 'ਚ ਠੀਕ ਹੈ ਵੀਡੀਓ ਵਧੀਆ ਲੱਗੀ ਆਪਣੇ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ